ਥੋੜੀ ਚਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਲਾ ਲੈਣਾ ਤਾਂ ਕਿ ਉਹ ਸੇਵੀਆਂ ਤੁਹਾਡੀਆਂ ਸਾਡੀਆਂ ਘਰੇ ਸਾਰੀਆਂ ਸੇਵੀਆਂ ਬਣ ਜਾਂਦੀਆਂ ਹੁੰਦੀਆਂ ਸੀ ਪਰ ਮੇਰੇ ਮੰਮੀ ਪਾਪਾ ਦੀ ਲੜਾਈ ਨਹੀਂ ਮੁੱਕਣੀ ਮੇਰੇ ਪਾਪਾ ਨੇ ਕਹਿਣਾ ਆ ਗੇੜ ਪੁੱਠਾ ਆਉਂਦਾ ਮੰਮੀ ਨੇ ਕਹਿਣਾ ਨਹੀਂ ਤੈਨੂੰ ਨਹੀਂ ਪਤਾ ਸਿੱਧਾ ਆਉਂਦਾ ਆ ਦੇਖੋ ਜੀ ਇੱਥੇ ਨਾ ਸਾਡੀ ਉਹ ਘੋੜੀ ਦੀ ਹੱਥੀ ਟੁੱਟ ਗਈ ਸੀਗੀ ਤੇ ਬਟ ਅਸੀਂ ਮਿਸਤਰੀ ਹੁੰਦੇ ਹਾਂ ਇਸ ਕਰਕੇ ਆ ਦੇਖੋ ਅਸੀਂ ਜਗਾੜ ਬਣਾ ਲਿਆ ਹੈਗਾ ਆ ਦੇਖੋ ਇੱਦਾਂ ਨਾਲ ਨਾਲ ਹੀ ਉਹ ਜਿਹੜੀਆਂ ਸੁੱਕਦੀਆਂ ਜਾਂਦੀਆਂ ਅਤੇ ਉਹ ਲਾਹ ਦੇਣੀਆਂ ਅਤੇ ਦੂਜੀਆਂ ਆਪਾਂ ਇੱਦਾਂ ਪਾ ਦੇਣੀਆਂ